ਹੀ ਮੰਦਭਾਗੀ ਘਟਨਾ ਵਾ। ਨਨਕਾਣਾ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਅਤੇ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਦੇ ਲਈ ਬਹੁਤ ਵੱਡੇ ਕਾਰਜ ਵੀ ਕੀਤੇ ਜਾ ਰਹੇ ਨੇ। ਪਰ ਇੱਕ ਵਿਅਕਤੀਗਤ ਘਟਨਾ ਨੂੰ ਲੈ ਕੇ, ਇੱਕ ਲੜਕੀ ਲੜਕੇ ਦੇ ਵਿਆਹ ਨੂੰ ਲੈ ਕੇ ਏਡੀ ਵੱਡੀ ਪੱਧਰ 'ਤੇ ਪ੍ਰਦਰਸ਼ਨ ਕਰਨਾ, ਖਾਸ ਕਰਕੇ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਸਥਾਨ 'ਤੇ ਪਥਰਾ ਕਰਨਾ, ਸਿੱਖਾਂ ਨੂੰ ਇਹ ਕਹਿਣਾ ਕਿ ਉਹ ਨਨਕਾਣਾ ਸਾਹਿਬ ਛੱਡ ਜਾਣ ਅਤੇ ਇਸ ਨਨਕਾਣਾ ਸਾਹਿਬ ਦਾ ਨਾਂ ਜਿਹੜਾ ਤਬਦੀਲ ਕੀਤਾ ਜਾਵੇ, ਇਹ ਬਹੁਤ ਹੀ ਮੰਦਭਾਗੀ ਘਟਨਾ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਇਹਦੀ ਪੁਰਜ਼ੋਰ ਨਿੰਦਾ ਕੀਤੀ ਆ। ਅਸੀਂ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਨੂੰ ਇਹ ਅਪੀਲ ਵੀ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਹੈਗੇ ਨੇ ਉੱਥੇ ਉੱਥੇ ਆਪਣੇ ਢੰਗ ਦੇ ਨਾਲ ਇਸ ਵਿਰੁੱਧ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ। ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਆ ਕਿਉਂਕਿ ਸਿੱਖ ਮਾਈਕਰੋ ਮਿਨੋਰਟੀ 'ਚ ਨੇ ਸਾਰੀ ਦੁਨੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ ਬਹੁਤ ਘੱਟ ਗਿਣਤੀ 'ਚ ਨੇ, ਅਤੇ ਸਿੱਖਾਂ ਦੀ ਜਿਹੜੀ ਮਾਲ ਜਾਨ ਦੀ ਹਿਫਾਜ਼ਤ ਆ ਉਹ ਕੀਤੀ ਜਾਵੇ, ਸਿੱਖਾਂ ਦੇ ਇਤਿਹਾਸਿਕ ਗੁਰਸਥਾਨਾਂ ਦੀ ਜਿਹੜੀ ਹਿਫਾਜ਼ਤ ਕੀਤੀ ਜਾਵੇ, ਪਾਕਿਸਤਾਨ ਸਰਕਾਰ 'ਤੇ ਡਿਪਲੋਮੈਟਿਕ ਪ੍ਰੈਸ਼ਰ ਪਾਇਆ ਜਾਵੇ ਅਤੇ ਸਿੱਖਾਂ ਨੂੰ ਵੀ ਇੱਕਜੁੱਟ ਹੋ ਕੇ, ਖਾਸ ਕਰਕੇ ਜਿਹੜੇ ਵਿਦੇਸ਼ਾਂ 'ਚ ਵੱਸਦੇ ਸਿੱਖ ਨੇ ਉਹਨਾਂ ਨੂੰ ਇੱਕਜੁੱਟ ਹੋ ਕੇ UNO ਤੱਕ ਇਹ ਮਸਲਾ ਲੈ ਕੇ ਜਾਣਾ ਚਾਹੀਦਾ ਕਿਉਂਕਿ ਘੱਟ ਗਿਣਤੀ ਸਿੱਖਾਂ ਦੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਫੇਸ ਕਰਨੀਆਂ ਪੈ ਰਹੀਆਂ ਨੇ। ਅਤੇ ਇਹ ਜਿਹੜੀ ਘਟਨਾ ਨਨਕਾਣਾ ਸਾਹਿਬ 'ਚ ਵਾਪਰੀ ਆ ਇਹਦੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਪਾਕਿਸਤਾਨ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਸਿੱਖਾਂ ਦੀ ਜਾਨ ਦੀ, ਸਿੱਖਾਂ ਦੇ ਮਾਲ ਦੀ, ਸਿੱਖਾਂ ਦੇ ਇਤਿਹਾਸਿਕ ਸਥਾਨਾਂ ਦੀ ਜਿਹੜੀ ਆ ਹਿਫਾਜ਼ਤ ਆ ਉਹ ਮੁਕੰਮਲ ਰੂਪ 'ਚ ਕੀਤੀ ਜਾਵੇ।